ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਫਰੈਂਡਸ ਆਪਾਂ ਜਿਹੜਾ ਚੁੱਲ੍ਹੇ ਨੂੰ ਪਹਿਲਾਂ ਤਾਂ ਮਿੱਟੀ ਲਗਾਈ ਸੀਗੀ ਅਤੇ ਫਿਰ ਦੁਬਾਰਾ ਫਿਰ ਜਿਹੜੀ ਮਿੱਟੀ ਭਿਉਂ ਕੇ ਰੱਖਦੀ ਸੀ, ਜਿਹੜੀ ਚਾਪੜੀਆਂ ਬਣਾਈਆਂ ਸੀਗੀਆਂ ਮੰਮੀ ਨੇ, ਉਹ ਚਾਪੜੀਆਂ ਤਾਂ ਸੁੱਕ ਗਈਆਂ ਸੀ, ਮੰਮੀ ਦੇ ਪਿੱਛੇ ਪਈਆਂ ਨੇ, ਬੜਾ ਇੱਕ ਜਗ੍ਹਾ ਇਕੱਠੀਆਂ ਕਰਕੇ ਰੱਖਤੀਆਂ ਸੀਗੀਆਂ। ਅਤੇ ਇਹ ਦੇਖੋ ਪਹਿਲਾਂ ਤਾਂ ਉੱਦਮ ਹੀ ਦੇਖੋ ਕਿੰਨਾ ਮਸਤੀਆਂ ਮਾਰਨ ਲੱਗਿਆ ਹੋਇਆ ਹੈ। ਅਤੇ ਅੱਜ ਆਪਾਂ ਚੁੱਲ੍ਹਾ ਬਣਾਵਾਂਗੇ, ਜਿਹੜੀਆਂ ਚਾਪੜੀਆਂ ਪਹਿਲਾਂ ਬਣਾਈਆਂ ਸੀਗੀਆਂ ਉਹਦੇ ਵਿੱਚ ਪਹਿਲਾਂ ਆਪਾਂ ਨੇ ਤੂੜੀ ਅਤੇ ਇਹ ਮਿੱਟੀ ਨੂੰ ਮਿਕਸ ਕਰ ਲੈਣਾ, ਫਿਰ ਇਹਦਾ ਇੱਕ ਅਲੱਗ ਬੇਸ ਜਿਹਾ ਬਣ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਚਾਪੜੀਆਂ ਇਕੱਠੀਆਂ ਕਰਕੇ ਚੁੱਲ੍ਹਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਅੱਜ। ਉਸ ਤੋਂ ਪਹਿਲਾਂ ਫਰੈਂਡਸ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਆਪਣੇ ਪਿਛਲੇ ਜ਼ਮਾਨੇ ਵਿੱਚ ਪਹਿਲਾਂ ਵੈਸੇ ਬਣਾਉਂਦੇ ਤਾਂ ਹੁਣ ਵੀ ਨਹੀਂ, ਪਰ ਹੁਣ ਘੱਟ, ਅੱਜ ਕੱਲ੍ਹ ਘੱਟ ਪਤਾ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਚੁੱਲ੍ਹੇ ਬਣਾਉਣ ਦਾ। ਪਰ ਇਹ ਦੇਖੋ ਆਪਾਂ ਤੁਹਾਨੂੰ ਚੁੱਲ੍ਹਾ ਬਣਾ ਕੇ ਦਿਖਾਵਾਂਗੇ ਅੱਜ ਸ਼ੁਰੂ ਤੋਂ ਦੀਵਾਰ ਤੋਂ। ਉਹ ਤਾਂ ਆਪਾਂ ਜਿਹੜਾ ਲੋਹੇ ਦਾ ਚੁੱਲ੍ਹਾ ਸੀਗਾ ਬਸ ਉਸ ਨੂੰ ਮਿੱਟੀ ਲਗਾਈ ਸੀਗੀ, ਮੰਮੀ ਨੇ ਗਲਾਵਸ ਪਾਏ, ਗਲਾਵਸ ਪਾ ਕੇ ਜਿਹੜਾ ਫਿਰ ਚੁੱਲ੍ਹਾ ਬਣਾਉਣਗੇ। ਟਾਈਮ ਹੋ ਰਿਹਾ ਜੀ ਸਵੇਰ ਦੇ 11 ਵੱਜ ਰਹੇ ਨੇ। ਉਦਮ ਦਾ ਜਿਹੜਾ ਵਰਕ ਵੀ ਆ ਗਿਆ, ਉਦਮ ਚਲੋ ਵਰਕ ਕਰੋ ਪੁੱਤ, ਪਹਿਲਾਂ ਆਪਣਾ ਪਹਿਲਾਂ ਖੇਲਣਾ ਹੈ। ਪਤਾ ਨਹੀਂ ਕਿਉਂ ਇਹ ਵਰਕ ਕਰਨ ਤੋਂ ਭੱਜਦਾ ਹੈ, ਪਰ ਇਹਨੂੰ ਮਸਾਂ ਹੀ ਫੜ ਕੇ ਬਿਠਾਉਣਾ ਪੈਂਦਾ ਹੈ। ਚਲੋ ਕੋਈ ਨਹੀਂ, ਹੁਣ ਥੋੜ੍ਹੀ ਦੇਰ ਹੋਰ ਖੇਡ ਲੈਣ ਦਿਉ, ਫਿਰ ਬਾਅਦ 'ਚ ਇਹਨੂੰ ਵਰਕ ਕਰਾਵਾਂਗੇ ਆਪਾਂ। ਇੰਨੇ ਆਪਾਂ ਚੁੱਲ੍ਹਾ ਬਣਾਉਂਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਵੀ ਚੁੱਲ੍ਹਾ ਕਿਵੇਂ ਬਣਾਈਦਾ ਹੈ। ਅੱਛਾ ਜੀ, ਉਦਮ ਨੂੰ ਤਾਂ ਕੁਛ ਜ਼ਿਆਦਾ ਹੀ ਪਤਾ ਹੈ ਚੁੱਲ੍ਹਾ ਬਣਾਉਣ ਦਾ। ਇੱਕ ਮੈਨੂੰ ਕਮੈਂਟ ਵੀ ਆਇਆ ਸੀਗਾ, ਕਹਿੰਦੇ ਵੀ ਚਾਪੜੀ ਕੀ ਹੁੰਦੀ, ਮੈਨੂੰ ਨਹੀਂ ਪਤਾ ਇਹਨੂੰ, ਇਹ ਐਵੇਂ ਆਪਾਂ ਮਿੱਟੀ ਦੇ ਬਣਾ ਲਏ ਪੀਸ ਜੇ, ਇਹਨੂੰ ਚਾਪੜੀ ਵੀ ਕਹਿੰਦੇ ਆ ਤੇ ਪੀਸ ਵੀ ਕਹਿ ਦਿੰਦੇ ਆ। ਇਹ ਜਿਹੜੇ ਆਪਾਂ ਨੇ ਗਾਰਾ ਕਰਕੇ ਬਣਾਈਆਂ ਹੋਈਆਂ, ਦੇਖੋ ਇਹਨੂੰ ਮੰਮੀ ਨੇ ਗਾਰਾ ਕਰ ਲਿਆ, ਇਹ ਫਿਰ ਆਪਾਂ ਨੂੰ ਇੱਦਾਂ ਖੜੇ ਕਰ ਲਾਂਗੇ। ਅੱਛਾ ਚਾਹ ਬਣਾਓ। ਉਦਮ ਕਿਆ ਬਣਾ ਰਿਹਾ ਪੁੱਤ? ਕੁੜੀਆਂ ਤੂੰ ਜਲੇਬੀਆਂ ਬਣਾ ਰਿਹਾ? ਜਲੇਬੀਆਂ ਕੁੜੀਆਂ ਤੂੰ ਮੱਛੀਆਂ ਇਸ ਤਰ੍ਹਾਂ ਪਾਣੀ
मिट्टी के भांडे भी बना होंगे मिट्टी के भांडे बनाए ਦੇਖੋ ਹੁਣ ਤੁਹਾਨੂੰ ਜਿਹੜਾ ਚੁੱਲ੍ਹਾ ਆਪਾਂ ਬਿਲਕੁਲ ਨੇੜੇ ਤੋਂ ਦਿਖਾਉਂਦੇ ਹਾਂ ਅਤੇ ਤੁਸੀਂ ਦੱਸਿਓ ਵੀ ਸਾਡਾ ਚੁੱਲ੍ਹਾ ਠੀਕ ਬਣਿਆ ਜਾਂ ਨਹੀਂ ਇੱਧਰ ਮੰਮੀ ਹਜੇ ਲਾ ਰਹੇ ਨੇ ਗਾਰਾ ਇਹ ਕਿ ਬੱਟੇ ਲਾਉਣ ਲੱਗੇ ਦੇਖੋ ਇੱਧਰ ਉੱਪਰ ਜਿਹੜੇ ਬੱਟੇ ਨੇ ਆਪਾਂ ਪਹਿਲਾਂ ਦੂਜੇ ਚੁੱਲ੍ਹੇ 'ਤੇ ਲਗਾਏ ਸੀਗੇ ਉਹਦੇ ਤਾਂ ਦੂਜੇ ਤਰ੍ਹਾਂ ਲਾਏ ਸੀਗੇ ਇਹਦੇ ਆਪਾਂ ਅਲੱਗ ਡਿਜ਼ਾਇਨ ਨਾਲ ਲਾਵਾਂਗੇ ਬਣਾ ਕੇ ਦੇਖੋ ਹੁਣ ਆਪਾਂ ਮਿੱਟੀ ਦੇ ਚੁੱਲ੍ਹੇ 'ਤੇ ਅਲੱਗ ਤੋਂ ਆਪਾਂ ਨੂੰ ਕੋਈ ਡਿਸ਼ ਬਣਾਉਣੀ ਹੋਇਆ ਕਰੂਗੀ ਤਾਂ ਆਪਾਂ ਚੁੱਲ੍ਹਾ ਇੱਥੇ ਰੱਖ ਲਿਆ ਇਹਨੂੰ ਵੀ ਆਪਾਂ ਜਿੱਥੇ ਮਰਜ਼ੀ ਰੱਖ ਸਕਦੇ ਹਾਂ ਚੱਕ ਕੇ ਜਦੋਂ ਇਹ ਸੁੱਕ ਜੂਗਾ ਫਿਰ ਆਪਾਂ ਇਹਦੇ ਜਿਹੜਾ ਗੋਹਾ ਮਿੱਟੀ ਨਾਲ ਇੱਕ ਵਾਰੀ ਇਹਨੂੰ ਲਿਪ ਕੇ ਫਿਰ ਇਹਦੇ ਉੱਪਰ ਨੂੰ ਦੂਜਾ ਪੋਚਾ ਦੇ ਕੇ ਫਿਰ ਆਪਾਂ ਇਹਦੇ ਕੋਈ ਮਿੱਠੀ ਚੀਜ਼ ਬਣਾਉਂਦੇ ਹਾਂ ਉਹ ਪਹਿਲੇ ਚੁੱਲ੍ਹਾ ਜਿਹੜਾ ਆਪਾਂ ਦੂਜਾ ਲੋਹੇ ਦਾ ਉਹ ਤਾਂ ਚੁੱਲ੍ਹਾ ਪਹਿਲਾਂ ਲਾਇਆ ਹੋਇਆ ਸੀਗਾ ਇਸ ਕਰਕੇ ਆਪਾਂ ਉਹਦੇ ਉੱਪਰ ਪਰਾਂਠੇ ਬਣਾ ਲਏ ਸੀਗੇ ਪਰ ਇਹਦੇ ਉੱਪਰ ਜਿਹੜੇ ਆਪਾਂ ਸਭ ਤੋਂ ਪਹਿਲਾਂ ਕੋਈ ਮਿੱਠੀ ਚੀਜ਼ ਬਣਾਵਾਂਗੇ ਦੇਖੋ ਇਹ ਬੱਟੇ ਲੱਗ ਰਹੇ ਨੇ ਚੋਰਸ ਲੱਗ ਰਹੇ ਚੋਰਸ ਲਾ ਰਹੇ ਚੋਰਸ ਲਾ ਦੋ ਚੋਰਸ ਲਾ ਦੋ
ਮੰਮੀ ਕਹਿੰਦੇ ਚੋਰਸ ਲਾ ਦਿੰਦੀ ਆ ਮੈਂ ਬੱਟੇ ਜਿਹੜੇ ਉੱਪਰ ਇਹਦੇ। ਫਿਰ ਆਪਾਂ ਜਿਹੜੀ ਉਹ ਦੂਜੀ ਸਾਈਡ ਤੁਹਾਨੂੰ ਦਿਸ ਰਹੀ ਹੋਣੀ, ਮੈਂ ਭੁੱਲ ਜਾਂਦੀ ਹਾਂ, ਗਿੱਠੀ। ਫਿਰ ਆਪਾਂ ਉਹਦੇ ਉੱਪਰ ਗਾਰਾ ਲਗਾਵਾਂਗੇ ਮਿੱਟੀ, ਫਿਰ ਉਹਨੂੰ ਵੀ ਬਣਾ ਲਾਂਗੇ। ਹੁਣ ਆਪਣਾ ਵਾਢੀ ਦਾ ਕੰਮ ਵੀ ਚੱਲ ਜਾਣਾ ਹੈ, ਕਿਉਂਕਿ ਫਿਰ ਮਸ਼ੀਨ ਵਾਲੇ ਦੀ ਰੋਟੀ ਵਗੈਰਾ ਬਣਾਉਣੀ ਹੋਇਆ ਕਰੂਗੀ, ਰੀਪਰ ਵੀ ਚੱਲ ਜਾਣਾ ਹੈ, ਫਿਰ ਆਪਾਂ ਬਾਹਰ ਚੁੱਲ੍ਹੇ 'ਤੇ ਰੋਟੀ ਬਣਾ ਲਿਆ ਕਰਾਂਗੇ। ਇਸ ਕਰਕੇ ਫਿਰ ਆਪਾਂ ਇੱਕ ਚੁੱਲ੍ਹਾ ਹੋਰ ਬਣਾ ਲਿਆ, ਫਿਰ ਦੋ ਚੁੱਲ੍ਹੇ 'ਤੇ, ਇੱਕ ਚੁੱਲ੍ਹੇ 'ਤੇ ਸਬਜ਼ੀ ਬਣ ਜਾਇਆ ਕਰੂਗੀ, ਇੱਕ ਚੁੱਲ੍ਹੇ 'ਤੇ ਰੋਟੀ ਬਣ ਜਾਇਆ ਕਰੂਗੀ, ਹੈ ਨਾ ਮੰਮੀ? ਫਿਰ ਦੋਨੇ ਚੁੱਲ੍ਹੇ 'ਚ ਲਾ ਲਿਆ ਕਰੂੰਗੇ। ਹੈ ਬਸ ਇੱਕ ਦੋ ਦਿਨ ਦੇ ਲਿਆ ਹੁਣ ਤਾਂ, ਫਿਰ ਤਾਂ ਹੋਰ ਜ਼ਿਆਦਾ ਇਹਦਾ ਕੰਮ ਫਿਰ ਜਾਣੇ। ਠੀਕ ਲੱਗ ਰਿਹਾ। ਬਾਕੀ ਫਰੈਂਡਸ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਚੁੱਲ੍ਹਾ ਬਣਾਇਆ ਹੋਇਆ, ਸਹੀ ਬਣਿਆ ਜਾਂ ਗਲਤ ਬਣਿਆ। ਅਸੀਂ ਤਾਂ ਬਣਾ ਲਿਆ, ਹਾਂ ਇਹ ਤਾਂ ਸਫਾਈ ਆਊਗੀ ਹੋਰ। ਦੇਖੋ ਫਰੈਂਡ, ਚੁੱਲ੍ਹੇ ਦੇ ਆਪਣੇ ਬੱਟੇ ਵੀ ਲਾ ਦੇ ਮੰਮੀ ਨੇ, ਅਤੇ ਦੇਖੋ ਮੂਹਰੇ ਆਪਾਂ ਨੇ ਚੁੱਲ੍ਹੇ ਦੇ ਪੈਰ ਵੀ ਕੱਢ ਤੇ, ਕਿ ਹੁਣ ਆਪਾਂ ਜਿਹੜੀ ਇਹ ਥਾਲੀ ਰੱਖ ਕੇ ਦੇਖ ਲਾਂਗੇ ਬੱਟੇ ਕਿਤੇ ਉੱਚੇ ਨੀਵੇਂ ਤਾਂ ਨਹੀਂ ਹੈਗੇ। ਦੇਖੋ ਮੰਮੀ ਮੈਂ ਤਾਂ ਪੁੱਛਣਾ ਚਾਹੀਦਾ ਸਾਰ, ਮੈਨੂੰ ਤਾਂ ਬੀਜੇ ਲੱਗ ਰਹੇ ਹੈ। ਠੀਕ ਹੈ ਆਏ। ਦੇਖੋ ਪਰ ਜਦੋਂ ਵੀ ਕਿਸੇ ਨੇ ਵੀ ਮੇਰੀ ਭੈਣ ਨੇ ਚੁੱਲ੍ਹਾ ਬਣਾਉਣਾ ਹੋਵੇ ਤਾਂ ਆਪਾਂ ਨੇ ਇੱਦਾਂ ਥਾਲੀ ਰੱਖ ਕੇ ਦੇਖ ਲੈਣੀ ਬੱਟੇ ਲਗਾਉਣੇ ਹੋਣ, ਵੀ ਦੇਖੋ ਜਿਹੜੀ ਆਪਣੀ ਇਹ ਥਾਲੀ ਹੈ ਸਹੀ ਆ ਰਹੀ ਹੈ, ਜੇ ਇਹ ਉੱਚੀ ਨੀਵੀਂ ਹੁੰਦੀ ਤਾਂ ਆਪਾਂ ਪਤਾ ਲੱਗ ਜਾਂਦਾ। ਦੇਖੋ ਚੁੱਲ੍ਹਾ ਤਾਂ ਆਪਣਾ ਬਣ ਗਿਆ, ਹੁਣ ਆਪਾਂ ਥੋੜ੍ਹੀ ਜਿਹੀ ਫਿਨਿਸ਼ਿੰਗ ਦੇ ਦਾਂਗੇ ਹੋਰ ਗਿੱਲਾ ਹੱਥ ਕਰਕੇ, ਥੋੜ੍ਹੀ ਜਿੱਥੇ ਆਪਾਂ ਨੂੰ ਲੱਗਦੀ ਹੈ ਵੀ ਮਾੜੀ ਮੋਟੀ ਨੋਕ ਝੋਕ ਜੀ ਰਹਿ ਗਈ, ਬਾਕੀ ਅਤੇ ਇੱਕ ਹੋਰ ਬਣਾ ਲਾਂਗੇ ਜਦੋਂ ਵੀ ਫਿਰ ਆਪਣੀ ਦਾਲ ਸਬਜ਼ੀ ਆਪਣੇ ਕੱਢਣੀ ਹੋਇਆ ਕਰੂਗੀ, ਫਿਰ ਆਪਾਂ ਨੀਚੇ ਇਹਦੇ ਵਿੱਚ ਅੱਗ ਰੱਖ ਕੇ ਉੱਪਰੋਂ ਦਾਲ ਸਬਜ਼ੀ ਕੱਢ ਦਿਆ ਕਰਾਂਗੇ, ਅਤੇ ਨਾ ਤਾਂ ਉਹ ਠੰਡੀ ਹੋਊਗੀ। ਦੇਖੋ ਮੈਂ ਠੀਕ ਲਾ ਰਹੀ ਹਾਂ, ਅਸੀਂ ਬਣਾਈ ਵੀ ਹੁੰਦੀ ਸੀ ਇੱਕ ਗਿੱਠੀ, ਮੇਰੇ ਤਾਂ ਸ਼ੌਂਕ ਚੜਿਆ ਗਿੱਠੀ ਬਣਾਉਣੀ। ਗਰਮ ਸਬਜ਼ੀ ਵਿੱਚ ਅੱਗ ਗੇਰ ਗਿਆ ਥੋੜੀ ਜਿਹੀ ਕਤਾਰ ਤੇ। ਚਲੋ ਜੀ ਆਪਣੇ ਇੱਧਰ ਚੁੱਲ੍ਹਾ ਹੀ ਬਣਾ ਲਿਆ ਅਤੇ ਇੱਧਰ ਗਿੱਠੀ ਇੱਕ ਤਾਂ ਆਪਣੀ ਤਿਆਰ ਹੋ ਗਈ ਅਤੇ ਦੂਜੀ ਆਪਣੇ ਇੱਦਾਂ ਹੀ ਬਣਾ ਕੇ ਰੱਖ ਦਿੱਤੀ, ਉਹਦੇ ਉਹਨੂੰ ਆਪਾਂ ਫੇਰ ਬਣਾ ਲਾਂਗੇ ਜਦੋਂ ਆਪਾਂ ਚੁੱਲ੍ਹੇ 'ਤੇ ਗੋਹਾ ਮਿੱਟੀ ਫੇਰਾਂਗੇ। ਸੋ ਫਰੈਂਡਸ, ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ, ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਦੇਖੋ ਇਹ ਹੈਗਾ ਆਪਣਾ ਪਿੰਡਾਂ ਦਾ ਕਲਚਰ, ਪੇਂਡੂ ਕਲਚਰ। ਜੇ ਤੁਸੀਂ ਨਵੀਂ ਨਵੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਪੇਂਡੂ ਕਲਚਰ, ਪਿੰਡਾਂ ਦੇ ਰਿਲੇਟਡ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਚਲੋ ਜੀ ਫਿਰ ਆਪਾਂ ਕੋਈ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ, ਤਦ ਤੱਕ ਲਈ ਬਾਏ ਬਾਏ। ਦੇਖੋ ਆਪਾਂ ਨੇ ਤਾਂ ਜਿਹੜੀ ਗਿੱਠੀ ਆ ਉਹ ਬਣਾਈ ਹੋਈ ਹੈ, ਦੇਖੋ ਮੱਖੀਆਂ ਕਿੰਨੀਆਂ ਹੋ ਗਈਆਂ ਕਿਉਂਕਿ ਠੰਡਾ ਹੈ, ਅਤੇ ਇੱਕ ਇਹ ਆਪਾਂ ਨਵੀਂ ਗਿੱਠੀ ਬਣਾਈ ਹੈ, ਇਹਨੂੰ ਆਪਾਂ ਜਿੱਦਣ ਕਾਰਾ ਮਿੱਟੀ ਫੇਰਾਂਗੇ ਉਦਣ ਕੰਪਲੀਟ ਕਰ ਦਾਂਗੇ। ਅਤੇ ਇੱਧਰ ਆਪਣਾ ਚੁੱਲ੍ਹਾ ਹੈ,